मुकेरियां शहर की रहने वाली मेनका राणी उन्होंने महिलावां लिए एक मिसाल है जो जिंदगी तो हार मान जांदियां हन। मेनका राणी का विआह 2005 विच होया सी, पर उसके अपने पति नाल अनबन होने कारण उसने अपने पति तो तलाक लैके अपने मापिया के घर रहना शुरू कर दिता। इस दौरान उसने एम ए बी एड करके सरकारी नौकरी हासिल की। इस तो बाद उन्होंने अपना खुद का घर खरीदया और दोवां बेटियां की परवरिश खुद की। उन्होंने कहा कि वह अपन दोवां बेटियां नाल अपना खुशहाली भरिया जीवन बतीत कर रही है। मेरा नाम मेनका राणी है। मेनका जी, मदर डे आज। हाँ जी, ते तुसी भी एक मिसाल हो मदर डे पे कि जी तुसी अपने जीवन बारे कुछ दसो कि कितना स्ट्रगल किया तुसी। मेरा 2005 विच शादी हुई सीगी, उस तो बाद मैं अपने ससुराल जो रही हैं उदे दौरान मैं एम ए बी एड की है। एम ए बी एड करने दौरान मेरे हसबेंड जड़े सीगे वो काफ़ी नशे वगैरह करते सी, फिर भी मैं संभालने की कोशिश की अपना रिश्ता। जो तो नहीं समझे 11 साल बाद मैं छड़ के अपने मायके परिवार च आ गई हूँ। तो सहुरे परिवार में रहते ही मैंने जॉब मिली है। वैसे तो 5 साल मैं पेके घर रह के उत्थे अपने बच्चे पाले है। कितने बच्चे थे? मेरी दो बेटियां हैं। कितना औखा लगा सी तुहानू आफ्टर मैरिज, मतलब कि जो तो डिवोर्स होया कितना औखा सी गा उस टाइम? एक क्योंकि हसबेंड दे अलग हो गए, एक लेडीज लिए बहुत ਕਿੰਨੀ ਕੁ ਕਠਿਨਾਈਆਂ ਸਾਹਮਣਾ ਦੇਖਣਾ ਪਿਆ ਤੁਹਾਨੂੰ ਜੀਵਨ ਵਿੱਚ? ਮੈਂ ਸ਼ੁਰੂ ਤੋਂ ਬੜੇ ਚਾਵਾਂ ਨਾਲ ਪਲੀ ਹਾਂ ਆਪਣੇ ਮਾਂ ਪਿਓ ਦੀ। ਮੈਂ ਇਕੱਲੀ ਬੇਟੀ ਸੀਗੀ ਅਤੇ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਪਾਲਿਆ। ਮੈਨੂੰ ਨਹੀਂ ਪਤਾ ਘਰ ਗ੍ਰਸਤੀ ਕਿਹਨੂੰ ਕਹਿੰਦੇ ਆ। ਬੱਚੇ ਹੋਣ ਤੋਂ ਬਾਅਦ ਮੈਨੂੰ ਮਤਲਬ ਸਮਝ ਹੀ ਨਹੀਂ ਸੀਗੀ ਕਿ ਇਹਨਾਂ ਨੂੰ ਮਤਲਬ ਜ਼ਿੰਮੇਦਾਰੀ ਕਿਹਨੂੰ ਕਹਿੰਦੇ ਆ। ਜਦੋਂ ਮੈਂ ਆਪਣੇ ਪੇਕੇ ਪਰਿਵਾਰ 'ਚ ਆਈ ਹਾਂ, ਏ ਟੂ ਜ਼ੈਡ ਖਰਚਾ ਆਪ ਕਰਨਾ ਬੜੀ ਮੁਸ਼ਕਿਲ ਸੀ, ਕਿਉਂਕਿ ਪਹਿਲਾਂ ਕਦੀ ਕੀਤਾ ਹੀ ਨਹੀਂ ਸੀ ਖਰਚਾ ਇੱਦਾਂ ਦਾ। ਇਹ ਹੈ ਕਿ ਸਮਾਨ ਜੋ ਵੀ ਚੀਜ਼ ਚਾਹੀਦੀ ਹੁੰਦੀ ਸੀ ਉਹ ਘਰ ਆ ਜਾਂਦਾ ਹੁੰਦਾ ਸੀਗਾ, ਪਰ ਆਪ ਜਾ ਕੇ ਲਿਆਉਣਾ, ਸਭ ਕੁਝ ਆਪ ਮੈਨੇਜ ਕਰਨਾ ਬੜਾ ਮੁਸ਼ਕਿਲ ਸੀ। ਹਾਂਜੀ, ਮੇਰੀਆਂ ਦੋ ਬੇਟੀਆਂ ਆ, ਇੱਕ 16 ਸਾਲ ਦੀ ਹੈ, ਇੱਕ 13 ਸਾਲ ਦੀ ਹੈ। ਅਤੇ ਦੋਨੋਂ, ਇੱਕ ਵੱਡੀ ਬੇਟੀ 12th 'ਚ ਪੜ੍ਹਦੀ ਹੈ ਦਸ਼ਮੇਸ਼ ਗਰਲਸ ਕਾਲਜ 'ਚ, ਅਤੇ ਛੋਟੀ ਬੇਟੀ ਮੇਰੀ ਇੱਥੇ ਮੁਕੇਰੀਆਂ ਕੈਂਬਰਿਜ ਓਵਰਸੀਜ਼ ਸਕੂਲ ਪੜ੍ਹਦੀ ਹੈ 8th ਵਿੱਚ। ਮੈਡਮ, ਤੁਸੀਂ ਇਹ ਦੱਸੋ ਕਿ ਜਿਹੜੀ ਮਹਿਲਾਵਾਂ, ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦਿਓਗੇ? ਕਿਉਂਕਿ ਕੁਛ ਮਹਿਲਾਵਾਂ ਇਹੋ ਜਿਹੀਆਂ ਨੇ ਜਿਹੜੀ ਹਿੰਮਤ ਹਾਰ ਜਾਂਦੀਆਂ। ਹਾਂਜੀ, ਉਹਨਾਂ ਲਈ ਕੀ ਮੈਸੇਜ ਦਿਓਗੇ ਤੁਸੀਂ ਉਹਨਾਂ ਲੇਡੀਜ਼ ਨੂੰ ਜੋ ਹਿੰਮਤ ਹਾਰ ਜਾਂਦੀ? ਸਰ, ਮੈਂ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜੀ ਕੋਈ ਵੀ ਪ੍ਰੋਬਲਮ ਆ ਵੱਡੀ ਨਹੀਂ ਹੁੰਦੀ, ਜਦੋਂ ਤੱਕ ਅਸੀਂ ਗੋ ਥਰੂ ਹੁੰਦੇ ਹਾਂ ਉਸ ਪ੍ਰੋਬਲਮ ਨੂੰ, ਸਾਨੂੰ ਉਹ ਛੋਟੀ ਨਜ਼ਰ ਆਉਂਦੀ ਆ। ਰਿਸਪੋਂਸੀਬਿਲਿਟੀ ਜਿਹੜੀ ਵੀ ਸਾਡੇ ਸਿਰ 'ਤੇ ਪੈ ਗਈ ਹੈ ਉਹ ਚੱਕਣੇ 'ਤੇ ਪੈਣੀ, ਚਾਹੇ ਹੱਸ ਕੇ ਚਾਹੇ ਰੋ ਕੇ, ਤਾਂ ਬੈਟਰ ਹੈ ਅਸੀਂ ਹੱਸ ਕੇ ਹੀ ਉਹਨੂੰ ਫੇਸ ਕਰੀਏ। ਕਿਆ ਮਤਲਬ ਦੇ ਦੇ ਅੱਜ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਆਪਣੀ ਮੰਮਾ ਨੂੰ ਬਹੁਤ ਪਿਆਰ ਕਰਦੀ ਹਾਂ। ਸਾਨੂੰ ਸਾਡੀ ਮੰਮਾ ਨੇ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਈ ਹੈ ਅਤੇ ਸਾਨੂੰ ਸਾਡੀ ਮਦਰ 'ਤੇ ਬਹੁਤ ਪ੍ਰਾਊਡ ਹੈ। ਜਾਨਵੀ, ਜਾਨਵੀ ਤੁਹਾਡੀ ਮਦਰ ਨੇ ਕਿੰਨਾ ਸਟਰਗਲ ਕਰਕੇ ਤੁਹਾਨੂੰ ਪਾਲਿਆ, ਕਿੱਦਾਂ ਦਾ ਫੀਲ ਕਰਦੇ ਹੋ ਮਦਰ? ਸਾਨੂੰ ਸਾਡੀ ਮਦਰ 'ਤੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ। ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਟਰਗਲ ਕੀਤਾ, ਉਸ ਤੋਂ ਬਾਅਦ ਵੀ ਉਹ ਸਾਨੂੰ ਪਾਲਦੇ ਪਏ ਹੈ ਬਹੁਤ ਵਧੀਆ ਤਰ੍ਹਾਂ। ਸਾਡੀ ਮਾਂਗ ਪੂਰੀ ਹੋਈ ਦੀ ਹੈ, ਪੜ੍ਹਾਈ ਪੂਰੀ ਹੋਈ ਦੀ ਹੈ, ਕੋਈ ਚੀਜ਼ ਦੀ ਕਮੀ ਹੈ ਨਹੀਂ, ਇਸ ਕਰਕੇ ਸਾਨੂੰ ਬਹੁਤ ਵਧੀਆ ਫੀਲ ਹੁੰਦਾ ਹੈ। ਮੁਕੇਰੀਆਂ ਤੋਂ NS ਰਾਮਗੜੀਆ ਦੀ ਰਿਪੋਰਟ। ਵਧੇਰੇ ਖਬਰਾਂ ਦੀ ਜਾਣਕਾਰੀ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।